ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਇੱਕ ਨਾ ਤੁਹਾਨੂੰ ਅੱਜ ਬੰਦੇ ਨੂੰ ਮਿਲਾਉਂਦਾ ਜਿਹੜਾ 24 ਘੰਟੇ ਕੰਮੇ ਕਰੀ ਜਾਂਦਾ, ਉਹਦੇ ਕੋਲ ਵਿਹਲ ਹੈ ਉਹ ਨਹੀਂ। ਪਰ ਅੱਜ ਉਹਦਾ ਮੈਂ ਉਹਦੇ ਇੰਨੇ ਕੰਮ ਭਰੇ ਕੈਲੰਡਰ ਜੇ ਐਵੇਂ ਵਿੱਚੋਂ ਬਿਜੀ ਸ਼ਡਿਊਲ ਵਿੱਚੋਂ ਥੋੜ੍ਹਾ ਜਿਹਾ ਮੈਂ ਟਾਈਮ ਲਿੱਤਾ ਅੱਜ ਅੱਜ ਤੁਹਾਨੂੰ ਮੈਂ ਮਿਲਾਉਣੇ ਜਾ ਰਿਹਾ ਮਿਸਟਰ ਕਾਲਾ ਕਾਲਾ ਸਾਹਿਬ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਕਰੀ ਜਾਣ ਡਿਆ ਤੂੰ? ਪਰਾਲੀ ਚੱਕ ਰਹੇ ਆ। ਪਰਾਲੀ ਚੱਕਣ ਡਿਆ? ਦੇਖੋ ਜੀ ਸਾਹਮਣੇ ਕਾਲਾ ਲੱਗ ਰਿਹਾ। ਕਾਲੇ ਯਾਰ, ਮੇਰੀ ਪਰਾਲੀ ਵੀ ਚੱਕ ਲਿਆਉਣੀ ਫਿਰ? ਪਰਾਲੀ ਚੱਕ ਲਿਆਉਂਗਾ, ਤੈਨੂੰ ਕਿਹਾ ਤਾਂ ਹੈ, ਤੂੰ ਮੰਨਦਾ ਕਿਤੇ? ਆ ਦੇਖੋ ਵੀ ਆਹ ਬੰਦੇ ਲਾਲਾ ਨਾਲ ਕੱਢੀ ਪਰਾਲੀ ਆ ਦੇਖ। ਉਹ ਬਾਈ ਬਸ ਕਰ ਯਾਰ, ਤੂੰ ਯਾਰ ਹਰੇਕ ਕੰਮ 'ਚ ਆਪਣੇ ਫਾਇਦੇ ਸੋਚਦਾ ਰਹਿੰਦਾ ਯਾਰ ਤੂੰ ਤਾਂ ਯਾਰ ਜਾਣ ਦੇ। ਹਾਂ ਬਸ ਠੀਕ 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 ਹੈ ਠੀਕ ਠੀਕ। ਆ ਦੇਖ ਲਓ ਜੀ ਕਾਲੇ, ਹਟ ਜਾ ਯਾਰ ਅੱਜ। ਚੱਲ ਚੱਲੀਏ ਫਿਰ। ਚੱਲੀਏ। ਦੇਖੋ ਜੀ ਇੰਨੀ ਨੱਠ ਭੱਜ ਲੱਗੀ ਹੋਈ ਆ, ਬਸ ਟਾਈਮ ਦਾ ਲੰਘਦੇ ਦਾ ਪਤਾ ਨਹੀਂ ਲੱਗ ਰਿਹਾ ਕਿੱਦਾਂ ਲੰਘਦਾ ਜਾਂਦਾ, ਬਸ ਮਹੀਨਿਆਂ ਦਾ ਸਾਲਾਂ ਦਾ ਲੰਘਦਾ ਹੀ ਜਾ ਰਿਹਾ, ਪਤਾ ਨਹੀਂ ਲੱਗ ਰਿਹਾ। ਹੁਣ ਘੰਟੇ ਦਾ ਕਿਆ ਪਤਾ ਲੱਗਣਾ, ਇਹਨਾਂ ਟਾਈਮ ਲੰਘਦੇ ਦੇ ਵਿੱਚ ਹੀ ਸਾਡੇ ਪਿੰਡ ਦੂਜੇ ਪਿੰਡ ਆਉਣੇ ਆ ਪ੍ਰਭਾਤ ਫੇਰੀ, ਉਸਦੇ ਸੰਬੰਧ ਵਿੱਚ ਮੈਂ ਅਤੇ ਕਾਲੇ ਨੇ ਪਕੌੜਿਆਂ ਦਾ ਲੰਗਰ ਲਾਉਣਾ ਗੁਰਦੁਆਰੇ ਦੇ ਵਿੱਚ। ਅਤੇ ਕੱਲ੍ਹ ਅਸੀਂ ਗੋਭੀ ਆਲੂ ਸਾਰਾ ਸਮਾਨ ਲਿਆ ਸੀ ਰਾਤ, ਅਤੇ ਹੁਣ ਅਸੀਂ ਲੈਣ ਚੱਲੇ ਹਾਂ ਕਰਿਆਟੀ ਅਤੇ ਹੋਰ ਜਿਹੜਾ ਵਿੱਚੋਂ ਤਾਂ ਪੈਂਦਾ ਅਸੀਂ ਲੈਣ ਚੱਲੇ ਹਾਂ। ਅਲੇ ਫੜ ਗੱਡੀ ਦੀ ਚਾਬੀ, ਜੱਟ ਹੋ ਗਿਆ ਸ਼ਰਾਬੀ। ਕਾਲਾ ਜੀ ਗੱਡੀ ਚਲਾਉਣ ਲੱਗੇ ਨੇ, ਚਲੋ ਜੀ ਕਾਲਾ ਜੀ। ਕੈਮਰਾ ਬੜਾ ਯਾਰ ਉਹ ਹੈ। ਕਿਹੜਾ ਕੈਮਰਾ? ਵਧੀਆ ਵਧੀਆ ਤਾਂ ਹੈਗਾ, ਥੋੜ੍ਹਾ ਦੂਰ ਦਿਖਾਉਂਦਾ। ਥੋੜ੍ਹਾ ਦੂਰ ਦਿਖਾਉਂਦਾ? ਚੱਲ ਕੋਈ ਨਵਾਂ ਲਵਾ ਦਾਂਗੇ। ਅਸੀਂ ਬੇਸਣ ਵੀ ਲੈ ਲਿਆ ਅਤੇ ਆਹ ਪਿਆ ਬਾਕੀ ਦਾ ਸਮਾਨ, ਤਿੰਨ ਟੀਨ ਤੇਲ ਦੇ ਅਤੇ ਬਾਕੀ ਆਹ ਬਾਕੀ ਦਾ ਆਹ ਸਮਾਨ। ਚੱਲ ਵੀ ਕਾਲੇ ਚੱਲੀਏ ਫਿਰ ਤੋਰ ਲੈ। ਆਹ ਗੱਡੇ ਕਾਲੇ ਨੇ ਗੱਡੀ ਮਾਰੀ ਮੇਰੀ ਪਿੱਛੇ, ਆਹ ਦੇਖੋ ਦੇਖਦਾ ਨਹੀਂ ਹੈਗਾ ਨੇ ਟਰੈਕਟਰ ਇਹਦੇ ਵਿੱਚ ਮਾਰੀ, ਆਹ ਦੇਖੋ ਨੁਕਸਾਨ ਕਰਤਾ ਮੇਰਾ। ਉੱਪਰ ਦੇਖੋ ਦੰਦ ਕੱਢਦਾ। ਕੈਮਰੇ ਦੀ ਗਲਤੀ ਹੈ ਬਾਈ। ਚੱਲ ਕਿਤੇ ਨਹੀਂ ਹੋਣਾ, ਜਿਹੜਾ ਹੋਣਾ ਤਾਂ ਹੋ ਗਿਆ, ਮੇਰੇ ਤੇ ਵੀ ਹੋ ਸਕਦਾ ਸੀ। ਮੈਂ ਸਾਰਾ ਸਮਾਨ ਆਪਣੇ ਘਰਾਂ ਲਿਆ ਆ, ਠੀਕ ਹੈ ਜੀ, ਅਤੇ ਇਹ ਸ਼ਾਮ ਨੂੰ ਗੁਰੂ ਘਰ 'ਚ ਲੈ ਜਾਵਾਂਗੇ ਜਿੱਥੇ ਸਾਰਾ ਸਮਾਨ ਬਣਨਾ। ਫਿਰ ਤੁਹਾਨੂੰ ਗੁਰੂ ਘਰ ਵੀ ਦਿਖਾਉਂਗਾ, ਇਸ ਤੋਂ ਬਾਅਦ ਫਿਰ ਇਹ ਸਾਰਾ ਸਮਾਨ ਫਿਰ ਜੀਪ 'ਚ ਲੈ ਕੇ ਜਾਊਂਗੇ ਅਸੀਂ, ਗੱਡੀ ਅੰਦਰ ਕਰ ਲਵਾਂ ਹੁਣ। ਠੀਕ ਹੈ, ਜਾਣਾ ਤਾਂ ਮੈਂ। ਭਾਅ ਜੀ ਆਏ ਨੇ US ਤੋਂ ਮਿਲਣ ਵਾਸਤੇ ਸਾਨੂੰ, ਅਤੇ ਚੱਲੀਏ ਕਰਨ ਫਿਰ ਕਰਨ ਅੰਦਰ ਨੂੰ। ਚੱਲਦੇ ਚੱਲਦੇ ਅੱਜ ਲਓ ਜੀ, ਜੱਟ ਆ ਗਿਆ ਜੱਟ ਜੀ। ਇੱਧਰ ਦੇਖ ਇਹ ਤਾਂ ਭਾਜੀ, ਤੁਸੀਂ ਤਾਂ ਤੁਹਾਡੀ ਤਾਂ ਬਹੁਤ ਹਾਈਟ ਹੈ ਜੀ, ਬਹੁਤ ਲੰਬੇ ਲੈਂਦੇ। ਠੀਕ ਠੀਕ ਹੈ, ਨਿੰਮਾ ਦਾ ਸਵੇਰ ਦਾ ਮੈਂ ਕਹਿ ਤਾ ਮੈਂ ਕੋਈ ਬਾਹਰ ਤੋਂ ਆਉਣਾ US ਤੋਂ ਕਿਸੇ ਨੂੰ ਮਿਲਣਾ, ਸਵੇਰ ਦਾ ਤਿਆਰ ਹੋਈ ਘੁੰਮਦਾ ਜਾ। ਹਾਂ ਬੈਠ ਨਿੰਮੇ ਆ ਜਾ ਜੋ ਮਰਜ਼ੀ ਗੱਲ, ਨਿੰਮੇ ਨੂੰ ਲੈ ਚੱਲਦੇ। ਮੈਂ ਤਾਂ ਕਹਿੰਦਾ ਜੀ ਇਹ ਤਾਂ ਪਾਲਟੀ ਰਹੋ, ਸ਼ਾਮ ਨੂੰ ਚੱਲਦੀ ਨਿੰਮੇ ਨਾਲ। ਹਾਂਜੀ ਹਾਂਜੀ ਹਾਂਜੀ, US ਤੋਂ ਭਾਜੀ ਆਏ ਸੀ, ਉਹ ਕਰਨਵੀਰ ਵਾਸਤੇ ਇੱਕ ਟਰੱਕ ਲੈ ਕੇ ਆਏ ਆ, ਆਹ ਦੇਖੋ, ਅਤੇ ਇੱਕ ਟ੍ਰੇਨ ਲੈ ਕੇ ਆਏ ਆ। ਨਿੰਮਾ ਉੱਧਰ ਖੋਲ੍ਹਣ ਲੱਗਿਆ ਟ੍ਰੇਨ ਨੂੰ, ਅਤੇ ਅਸੀਂ ਦੇਖਦੇ ਹਾਂ ਕਿੱਦਾਂ ਕਿੰਨੀ ਸੋਹਣੀ ਟ੍ਰੇਨ ਹੈ। ਅਤੇ ਕਿੱਡਾ ਸੋਹਣਾ ਟਰੱਕ ਉਹ ਤੇਰਾ ਕਰਨਵੀਰ, ਕਿੰਨਾ ਸੋਹਣਾ ਟਰੱਕ, ਇਹ ਚੱਲੂਗਾ ਬਸ ਆਏ, ਇਹ ਦੇਖ ਕਿੱਦਾਂ ਹੁਣ। ਅਤੇ ਮੈਂ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੇਰੇ ਵਾਸਤੇ ਘੜੀ ਵੀ ਲੈ ਕੇ ਆਏ, ਬਹੁਤ ਸੋਹਣੀ, ਆਹ ਦੇਖੋ ਬਹੁਤ ਸੋਹਣੀ ਘੜੀ ਆ। ਉਹਦੇ ਚੱਲ ਵੀ ਦੀ ਟ੍ਰੇਨ, ਟ੍ਰੇਨ 'ਚ ਸੈੱਲ ਪੈ ਕੇ ਚੱਲਣ ਲੱਗੀ ਟ੍ਰੇਨ। ਮੈਂ US ਵਾਲੇ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਵਾਸਤੇ ਇੰਨਾ ਸੋਹਣਾ ਇੱਕ ਘੜੀ ਅਤੇ ਇੱਕ ਟਰੱਕ, ਅਤੇ ਉਹ ਦੇਖੋ ਇਹ ਰੇਲ ਗੱਡੀ ਚੱਲਦੀ। ਉਹ ਟ੍ਰੇਨ ਚੱਲਦੀ, ਬੱਸ ਅੜਗੀ, ਇੱਕ ਆ ਟਰੱਕ ਆ ਅਤੇ ਇੱਕ ਵਾਚ। ਉਸ ਤੋਂ ਬਾਅਦ ਅਸੀਂ ਸਾਰਾ ਸਮਾਨ ਜੀਪ ਦੇ ਵਿੱਚ ਲੱਦ ਲਿਆ। ਇਹ ਅਸੀਂ ਪਰਸੋਂ ਲੈ ਕੇ ਆਏ ਸੀ ਕਾਲੇ, ਹੈ ਨਾ, ਕੱਲ੍ਹ ਰਾਤੀ ਲੈ ਕੇ ਆਏ ਸੀ, ਕੱਲ੍ਹ ਰਾਤ ਕੁਝ ਸਵੇਰੇ ਲੈ ਕੇ ਆਏ, ਅਤੇ ਹੁਣ ਜੋ ਬਾਕੀ ਦਾ ਸਮਾਨ ਕਰਿਆਟੀ ਅਤੇ ਤੇਲ ਉਹ ਮੇਰੇ ਘਰਾਂ ਪਿਆ, ਉੱਥੋਂ ਚੱਕਣਾ। ਅਤੇ ਕਾਲੇ ਚੱਕ ਜੀਪ 'ਤੇ ਚੱਲੀਏ ਫਿਰ, ਬਹੁਤ ਲੇਟ ਹੁੰਦੇ ਜਾਂਦੇ ਆ, 5 ਵੱਜ ਚੁੱਕੇ ਨੇ।
ਚੱਲ ਹੁਣ ਯਾਰ ਜਿਹੜੇ ਬੰਦੇ ਨੂੰ ਤਾਂ ਮਿਲਣਾ ਹੀ ਯਾਰ, ਇੰਨੇ ਦੂਰ ਦੇ ਬੰਦੇ ਮਿਲਣ ਆਏ ਆ, ਆਪਾਂ ਨੇ ਖਿੱਚ ਦੇਣਾ ਕੰਮ, ਸਵੇਰੇ ਆਉਣੀ ਪ੍ਰਭਾਤ ਫੇਰੀ ਤਾਂ। ਹਾਂ ਹਾਂ ਦੇਖੋ ਕਾਲੇ ਦੀ ਜੀਪ ਕਿੱਦਾਂ ਭੱਜਦੀ ਆ, ਚੱਲੇ ਹੌਲੀ ਹੌਲੀ। ਸੇਵਾਦਾਰ ਉਧਰ ਸੇਵਾਦਾਰ ਪਿੱਛੇ ਖੜੇ ਨੇ ਬੰਦੇ ਸਾਰੇ, ਚੱਲੇ ਬਈ ਓਪਨ ਜੀਪ ਚਾਹੀਦੀ ਚੱਲ ਹਰ ਪ੍ਰਭ ਡੋਰੀ ਹੱਥ ਤੁਮਾਰੇ, ਡੋਰੀ ਹੱਥ ਤੁਮਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਡੋਰੀ ਬੱਬੀ ਬਾਈ ਆਇਆ ਇਟਲੀ ਤੋਂ ਪ੍ਰਭਾਤ ਫੇਰੀ ਦੇਖਣ ਸਾਡੇ ਪਿੰਡ 'ਚ, ਚੱਲ ਸੋਈ ਕਰਾਏ ਸੋਈ ਕਰਾਏ।
Oh,